ਬਿੱਲਾ ਇਮਨ ਸ਼ੈਤਵਾਨ ਰਜੀਮ ਬਿਸਮਿਲ੍ਲਾ ਰਹਿਮਾਨ ਰਹੀਮ। ਤੁਸੀਂ ਵੇਖ ਰਹੇ ਜੀ ਓਕਾੜਾ ਐਨੀਮਲ ਟੀਵੀ ਅਤੇ ਮੈਂ ਤੁਹਾਡਾ ਦੋਸਤ ਰਾਏ ਸਾਕਬ ਅਲੀ। ਜਿਸ ਤਰ੍ਹਾਂ ਕਿ ਓਕਾੜਾ ਐਨੀਮਲ ਟੀਵੀ ਦੀ ਟੀਮ ਕੋਸ਼ਿਸ਼ ਕਰਦੀ ਤੁਹਾਡੇ ਲਈ ਅੱਛੇ ਜਾਨਵਰ ਲੱਭੇ ਜਾਣ ਜਾਂ ਤੁਹਾਨੂੰ ਵਹਾਏ ਜਾਣ, ਬਾਕੀ ਸਿਲੈਕਸ਼ਨ ਤੁਸੀਂ ਕਰਨੀ ਹੁੰਦੀ, ਸਾਡਾ ਕੰਮ ਹੁੰਦਾ ਤੁਹਾਨੂੰ ਜਾਨਵਰ ਵਹਾਉਣਾ। ਅੱਜ ਜਨਾਬ ਅਸੀਂ ਆਪਣੇ ਤਹਿਸੀਲ ਵਾ ਜ਼ਿਲ੍ਹਾ ਓਕਾੜਾ ਅੱਡਾ ਗੈਂਬਰ 'ਤੇ ਗੈਂਬਰ ਹੀ ਮੰਡੀ ਲੱਗੀ, ਮਾਸ਼ਾਅੱਲਾ ਬੜੀ ਜ਼ਬਰਦਸਤ ਬੜੀ ਨਾਮੀਨੇਟ ਮੰਡੀ ਹੈ, ਪੂਰੇ ਪਾਕਿਸਤਾਨ ਜਿਹਦਾ ਨਾਂ ਚੱਲਦਾ ਹੈ। ਅਤੇ ਇੱਥੇ ਮੇਰੇ ਭਰਾ ਬੂਰੇ ਵਾਲੇ ਤੋਂ ਜਾਨਵਰ ਲੈ ਕੇ ਆਏ ਨੇ ਅਤੇ ਉਹਨਾਂ ਕੋਲ ਦੋ ਵਹਿੜਾ ਨੇ, ਦੋਵੇਂ ਹੀ ਪਹਿਲਾ ਇੱਕ ਨੇ ਪਹਿਲਾ ਵਾਰਾ ਡਿਲੀਵਰ ਕੀਤਾ ਹੈ, ਇੱਕ ਨੇ ਡਿਲੀਵਰ ਕਰਨਾ ਹੈ। ਅਤੇ ਬਾਕੀ ਮੇਰਾ ਕੈਮਰਾਮੈਨ ਸਾਹਿਬ ਤੁਹਾਨੂੰ ਜਾਨਵਰ ਵਿਖਾਏਗਾ ਇਨਸ਼ਾਅੱਲਾ ਤਾਲਾ। ਅਗਰ ਮੇਰੇ ਕਿਸੇ ਭਰਾ ਦੇ ਪਸੰਦ ਆਵੇ ਮਾਲਕਾਂ ਦਾ ਨੰਬਰ ਦਿਆਂਗੇ, ਉਹਨਾਂ ਨਾਲ ਹੀ ਰਾਬਤਾ ਤੁਸੀਂ ਕਰਨਾ ਅਤੇ ਖਰੀਦਦਾਰੀ ਕਰ ਸਕਦੇ ਜੀ। ਬਾਕੀ ਅਗਰ ਘਰ ਕਹੋਗੇ ਤਾਂ ਇਨਸ਼ਾਅੱਲਾ ਤਾਲਾ ਘਰ ਵੀ ਤੁਹਾਨੂੰ ਡਿਲੀਵਰੀ ਦਿਆਂਗੇ। ਅਗਰ ਮੇਰੇ ਤੋਂ ਤੁਸੀਂ ਮੁਤਮਿਨ ਹੋਵੋ ਤਾਂ ਮੈਂ ਇਹਦੀ ਜਨਾਬ ਹਰ ਤਰ੍ਹਾਂ ਦੀ ਜੇ ਦੋ ਟਾਈਮ ਚੁਆਈ ਕਰਕੇ ਤੁਹਾਨੂੰ ਮੁਤਮਿਨ ਕਰਾਂਗਾ ਇਨਸ਼ਾਅੱਲਾ ਤਾਲਾ। ਬਾਕੀ ਮੇਰਾ ਕੈਮਰਾਮੈਨ ਸਾਹਿਬ ਤੁਹਾਨੂੰ ਵਿਖਾਉਂਦਾ, ਜਾਨਵਰ ਬੜੇ ਜ਼ਬਰਦਸਤ ਨੇ, ਕਿਆ ਹੀ ਕਹਿਣੇ ਨੇ, ਪਹਿਲਣ ਵੈੜ ਹੈ ਜਨਾਬ, ਮੂੰਹ ਦੋ ਦੰਦ ਹੈ ਅਤੇ ਮਾਸ਼ਾਅੱਲਾ ਬਣਾਉਣ ਵਾਲੇ ਨੇ ਬੜਾ ਖੂਬਸੂਰਤ ਜਾਨਵਰ ਬਣਾਇਆ ਹੈ। ਆਪੋ ਆ ਵਿਰਲਾਂ ਦੇ ਵਿੱਚ ਥਣ ਨੇ, ਕਿਆ ਮਾਸ਼ਾਅੱਲਾ ਬਲੈਕ ਕਲਰ ਦਾ ਥਣ ਹੈ, ਆਰਡਰ ਕੁਆਲਿਟੀ ਬੜੀ ਪਿਆਰੀ ਹੈ ਜਨਾਬ। ਜੋ ਕੁਛ ਵੀ ਹੈ ਮੇਰੇ ਕੈਮਰੇ ਦੀਆਂ ਅੱਖਾਂ ਦੇ ਸਾਹਮਣੇ ਜਨਾਬ ਤੁਹਾਨੂੰ ਵਹਾਉਣ ਵਾਲੀ ਇਨਸ਼ਾਅੱਲਾ ਤਾਲਾ ਤਸੱਲੀ ਕਰਾ ਦਿਆਂਗੇ। ਪੱਟਾਂ ਤੋਂ ਵੀ ਜਿਹੜਾ ਨਾ ਚਾਰ ਚਾਰ ਇੰਚ ਵੈੜ, ਪੱਟਾਂ ਤੋਂ ਵੀ ਚਾਰ ਚਾਰ ਇੰਚ ਜਿਹੜਾ ਬਾਹਰ ਕੱਢਦੀ ਲਿਬਾਸ, ਅਤੇ ਬੜਾ ਸੋਹਣਾ ਮਾਸ਼ਾਅੱਲਾ ਆਰਡਰ ਕੁਆਲਿਟੀ ਹੈ, ਪੂਰਾ ਰੁਗ ਰੁਗ ਦਾ ਥਾਣ ਹੈ ਮਾਸ਼ਾਅੱਲਾ, ਕਿਆ ਹੀ ਕਹਿਣੇ ਨੇ ਵੈੜ ਦੇ। ਅਤੇ ਮੂੰਹ ਵੀ ਦੋਂਦੀ ਭਾਈ ਜਾਨ ਨੂੰ ਫੜਿਆ, ਦੋਂਦੀ ਹੈ ਪੱਟਿਆ ਜੰਮੂ। ਅੱਛਾ ਠੀਕ ਹੋ ਗਿਆ ਜੀ ਮਾਸ਼ਾਅੱਲਾ, ਮੂੰਹ ਵੀ ਜਨਾਬ ਦੋਂਦੀ ਹੈ ਮਾਸ਼ਾਅੱਲਾ। ਅਤੇ ਬਾਕੀ ਜੋ ਕੁਛ ਵੀ ਹੈ ਮੇਰੇ ਕੈਮਰੇ ਦੀਆਂ ਅੱਖਾਂ ਦੇ ਸਾਹਮਣੇ ਤੁਹਾਨੂੰ ਵਿਖਾਉਣ ਵਾਲੀ ਜਨਾਬ ਤਸੱਲੀ ਕਰਾ ਦਿਆਂਗੇ ਇਨਸ਼ਾਅੱਲਾ ਤਾਲਾ। ਅਤੇ ਮਾਸ਼ਾਅੱਲਾ ਜੀ ਦੋਵੇਂ ਵਹਿੜਾਂ ਨੇ, ਕਿਆ ਹੀ ਕਹਿਣੇ ਨੇ, ਸੁਭਾਨ ਅੱਲਾ, ਮਾਸ਼ਾਅੱਲਾ ਮਾਸ਼ਾਅੱਲਾ। ਪੱਟਾਂ ਤੋਂ ਵੀ ਜਿਹੜਾ ਨਾ ਚਾਰ ਚਾਰ ਪੰਜ ਪੰਜ ਇੰਚ ਬਾਹਰ ਕੱਢਦੀ ਵੈੜ, ਬਲੈਕ ਥਾਣੇ। ਬਾਕੀ ਤਾਰੀਫ ਉਸੇ ਜਾਨਵਰ ਦੀ ਹੁੰਦੀ ਜਿਹੜਾ ਮਾਸ਼ਾਅੱਲਾ ਖੂਬਸੂਰਤ ਹੋਵੇ। ਬਣਾਉਣ ਵਾਲੇ ਨੇ ਬੜਾ ਪਿਆਰਾ ਜਾਨਵਰ ਬਣਾਇਆ, ਅਗਰ ਮੇਰੇ ਕਿਸੇ ਭਰਾ ਦੇ ਪਸੰਦ ਆਵੇ, ਲਾਮ ਬੜੀ ਵੈੜ ਦੀ, ਕੱਦ ਕਾਠ ਬੜਾ, ਕਲਰ ਬੜਾ ਪਿਆਰਾ ਜਨਾਬ, ਆਸਟ੍ਰੇਲੀਅਨ ਫਰੀਜੀਅਨ ਕ੍ਰਾਸ ਦੇ ਵਿੱਚ ਇਹ ਪਹਿਲਾ ਵਾਰਾ ਡਿਲੀਵਰ ਕੀਤਾ, ਤੁਹਾਨੂੰ ਦੱਸ ਦਿੱਤਾ। ਬਾਕੀ ਹੁਣ ਇਹਨਾਂ ਦਾ ਟੁਰਨ ਫਿਰਨ ਵੀ ਤੁਹਾਨੂੰ ਵਿਖਾਵਾਂਗੇ। ਅਤੇ ਇਹ ਜਨਾਬ ਦੂਸਰੇ ਨੰਬਰ 'ਤੇ ਵੈੜ, ਮਾਸ਼ਾਅੱਲਾ ਸੁਭਾਨ ਅੱਲਾ, ਕਿਆ ਹੀ ਕਹਿਣੇ ਨੇ, ਪੱਟਾਂ ਤੋਂ ਵੀ ਪੰਜ ਪੰਜ ਇੰਚ ਬਾਹਰ ਕੱਢਦੀ ਲਿਬਾਸ, ਬੜਾ ਆਰਡਰ ਕੁਆਲਿਟੀ, ਕਿਆ ਹੀ ਕਹਿਣੇ ਨੇ, ਸੁਭਾਨ ਅੱਲਾ, ਪੂਰੇ ਰੁਗ ਰੁਗ ਦਾ ਥਾਣੇ ਜਨਾਬ। ਅਤੇ ਸਿਰਫ ਕੋਈ ਚਾਰ ਚਾਰ ਇੰਚ ਦਾ ਸਿੰਘ ਹੈ ਵੈੜ ਦੇ ਉੱਤੇ, ਅਤੇ ਕਿਆ ਹੀ ਬਾਤ ਹੈ ਸਿਰ ਦੇ ਉੱਤੇ, ਕੱਦ ਬੜਾ ਜਨਾਬ, ਲਾਮ ਬੜੀ, ਬਾਕੀ ਥਣ ਆਪੋ ਆ ਵਿਰਲਾਂ ਦੇ ਵਿੱਚ ਗਿੱਟ ਗਿੱਟ ਦੀਆਂ ਜਨਾਬ ਵਿਰਲਾਂ ਨੇ। ਅਤੇ ਜੋ ਕੁਛ ਵੀ ਇਹ ਕੈਮਰੇ ਦੀਆਂ ਅੱਖਾਂ ਦੇ ਸਾਹਮਣੇ ਤੁਹਾਨੂੰ ਵਿਖਾਉਣ ਵਾਲੀ ਤਸੱਲੀ ਕਰਾ ਦਿਆਂਗੇ। ਬਾਕੀ ਮੇਰਾ ਭਾਈ ਵੀ ਨਾਲ ਖਲੋਤਾ ਹੈ, ਮਾਸ਼ਾਅੱਲਾ ਵੈੜ ਦਾ ਕੱਦ ਬੰਦੇ ਦੇ ਸਿਰ ਜਿੰਨੀ ਉੱਚੀ ਹੈ। ਅਤੇ ਜਨਾਬ ਰੇਟ ਵੀ ਇਨਸ਼ਾਅੱਲਾ ਤਾਲਾ ਮਕਬੂਲ ਹੀ ਕਰਾਵਾਂਗੇ ਅੱਲਾ ਮੇਰੇ ਦੇ ਹੁਕਮ ਨਾਲ। ਲਿਬਾਸ ਆਰਡਰ ਕੁਆਲਿਟੀ, ਮਾਲਕ ਕਹਿੰਦੇ ਨੇ ਕਿ 10 ਦਿਨ ਲੈ ਜਾਏਗੀ, ਅਤੇ ਸੁਭਾਨ ਅੱਲਾ ਵੈੜ ਜਿਹੜਾ ਨਾ ਅੱਲਾ ਮੇਰੇ ਦੇ ਹੁਕਮ ਨਾਲ ਉੱਠਣੋਂ ਬਹਿਣੋਂ ਤੰਗ ਹੋ ਜਾਏਗੀ ਇਨਸ਼ਾਅੱਲਾ ਤਾਲਾ। ਬਾਕੀ ਹੁਣ ਤੁਹਾਨੂੰ ਇਹਨਾਂ ਦਾ ਟੁਰਨ ਫਿਰਨ ਵਿਖਾਉਂਦੇ ਹਾਂ, ਜੋ ਕੁਛ ਵੀ ਪਾਈ ਜਾਣ, ਦੋਵੇਂ ਵੈੜਾਂ ਨਾਲ ਛੱਡ ਕੇ ਟੂਰ ਕੇ ਵਹਾਣੀਆਂ ਨੇ। ਇਹ ਵੀ ਵੈੜ ਜਨਾਬ ਮੂੰਹ ਦੋਂਦੀ ਹੈ, ਪਹਿਲਾ ਵਾਰਾ ਡਿਲੀਵਰ ਕਰਨਾ, ਠੀਕ ਹੋ ਗਿਆ ਪਾਈ ਜਾਣ, ਬਰਾਬਰ 'ਤੇ ਕਰੋ, ਦੋਵੇਂ ਟੋਰੋ ਮਾਸ਼ਾਅੱਲਾ ਮਾਸ਼ਾਅੱਲਾ ਜੀ, ਇਕੱਠੀਆਂ ਕਰ ਲਓ ਦੋਵੇਂ। ਅੱਛਾ ਜੀ ਮਾਸ਼ਾਅੱਲਾ ਵੈੜ ਦਾ ਕੱਦ ਬੜਾ, ਲਿਬਾਸ ਬੜਾ, ਇਹਨੇ ਜਨਾਬੇ ਵਾਲੀ ਡਿਲੀਵਰ ਕਰਨਾ, ਇਹ ਵੈੜ ਨੇ ਡਿਲੀਵਰ ਕੀਤਾ ਜਨਾਬ, ਮਾਸ਼ਾਅੱਲਾ ਕਿਆ ਹੀ ਕਹਿਣੇ ਨੇ ਵੈੜ ਦੇ। ਅਤੇ ਬਾਕੀ ਮਾਲਕ ਕੋਲੋਂ ਪੁੱਛਾਂਗੇ ਕੀ ਇਹਦਾ ਦੁੱਧ ਦਾ ਰਿਕਾਰਡ ਹੈ, ਕੀ ਕਿੰਨਾ ਕਰ ਰਹੀ ਹੈ। ਅਤੇ ਠੀਕ ਹੋ ਗਿਆ ਜਨਾਬ, ਬਾਕੀ ਜੋ ਕੁਛ ਵੀ ਇਹ ਕੈਮਰੇ ਦੀਆਂ ਅੱਖਾਂ ਦੇ ਸਾਹਮਣੇ ਵੈੜਾਂ, ਦੋਵੇਂ ਹੀ ਮਾਸ਼ਾਅੱਲਾ ਬੜੀਆਂ ਲਾਜਵਾਬ ਜਾਨਵਰ ਨੇ। ਅਤੇ ਠੀਕ ਹੈ ਭਾਈ ਜਾਨ, ਬੰਨੋ
ਮਾਸ਼ਾਅੱਲਾ ਟੁਰਨ ਫਿਰਨ ਤੁਹਾਨੂੰ ਵਹਾ ਦਿੱਤਾ ਦੋਵਾਂ ਦਾ ਹੀ, ਅਤੇ ਬਾਕੀ ਹੁਣ ਮਾਲਕ ਨਾਲ ਇਹਦੀ ਕਰਾਂਗੇ ਵੀ ਕੀ ਕਰਦੇ ਨੇ। ਮਾਸ਼ਾਅੱਲਾ ਆਰਡਰ ਕੁਆਲਿਟੀ ਬੜੀ ਜ਼ਬਰਦਸਤ ਹੈ, ਕਿਆ ਹੀ ਮਾਸ਼ਾਅੱਲਾ ਲਾਜਵਾਬ ਜਾਨਵਰ ਹੈ, ਪੱਟਾਂ ਤੋਂ ਵੀ ਜਿਹੜਾ ਨਾ ਚਾਰ ਚਾਰ ਇੰਚ ਬਾਹਰ ਕੱਢਦੀ ਵੈੜ, ਸੁਭਾਨ ਅੱਲਾ। ਠੀਕ ਹੈ ਭਾਈ ਜਾਨ ਬੰਨੋ, ਅਤੇ ਇਸ ਵੈੜ ਦੇ ਤਾਂ ਕਿਆ ਹੀ ਕਹਿਣੇ ਨੇ, ਪੂਰੀਆਂ ਮਸ਼ਕਾਂ ਹੀ ਮਾਸ਼ਾਅੱਲਾ ਲਾਈਆਂ ਨੇ। ਅਤੇ ਹੁਣ ਤੁਹਾਨੂੰ ਮਾਲਕ ਕੋਲੋਂ ਪੁੱਛਣੇ ਕੀ ਇਹਨਾਂ ਦੀ ਡਿਮਾਂਡ ਸ਼ਮਾਂਡ ਕਰਦੇ ਨੇ, ਅਤੇ ਠੀਕ ਹੋ ਗਿਆ ਇਹ ਵੈੜ ਦੇ ਥੱਲੇ ਜਨਾਬ ਵੱਛਾ ਵੱਛਾ ਵੀ ਤੁਹਾਨੂੰ ਚੈੱਕ ਕਰਾ ਦਿੰਦੇ ਹਾਂ। ਇਹ ਆਸਟ੍ਰੇਲੀਅਨ ਹੀ ਵੱਛਾ ਇਹਦੇ ਥੱਲੇ, ਬਾਕੀ ਮਾਲਕ ਕੋਲੋਂ ਪੁੱਛਾਂਗੇ ਕੀ ਇਹਦਾ ਦੁੱਧ ਦਾ ਰਿਕਾਰਡ ਹੈ, ਕੀ ਇਹਦਾ ਹਿਸਾਬ ਕਿਤਾਬ ਹੈ। ਅਤੇ ਕੱਦ ਕਾਠ ਵੀ ਮਾਸ਼ਾਅੱਲਾ ਬੜਾ ਪਿਆਰਾ, ਪੂਰੇ ਰੋਗ ਰੋਗ ਦਾ ਥਾਣੇ ਜਨਾਬ, ਮਾਸ਼ਾਅੱਲਾ ਕਿਆ ਹੀ ਕਹਿਣੇ ਨੇ। ਠੀਕ ਹੋ ਗਿਆ, ਬੰਨ ਦਿਓ ਭਾਈ ਜਾਨ। ਠੀਕ ਹੈ ਮਾਸ਼ਾਅੱਲਾ, ਆਰਡਰ ਕੁਆਲਿਟੀ ਵੀ ਜਨਾਬ ਵਾਲੀ ਤੁਹਾਨੂੰ ਚੈੱਕ ਕਰਾ ਰਹੇ ਹਾਂ। ਠੀਕ ਹੈ ਨਾ, ਅਤੇ ਉਕਾੜਾ ਐਨੀਮਲ ਟੀ ਵੀ ਦੀ ਕੋਸ਼ਿਸ਼ ਇਹੀ ਹੁੰਦੀ ਕਿ ਭਰਾਵਾਂ ਨੂੰ ਅੱਛੇ ਜਾਨਵਰ ਵਹਾਏ ਜਾਣ, ਬਾਕੀ ਲੈਣੇ ਦੇਣੇ ਨਸੀਬ ਹੁੰਦੇ ਨੇ। ਵਹਾਂ ਜਾਨਵਰ ਵਹਾਉਣ ਵਾਲੀ ਤੁਹਾਨੂੰ ਜਨਾਬ ਤਸੱਲੀ ਕਰਾ ਦਿਆਂਗੇ ਇਨਸ਼ਾਅੱਲਾ ਤਾਲਾ। ਮੂੰਹੋਂ ਦੋਂਦੀ ਪਹਿਲਾ ਵਾਰਾ ਡਿਲੀਵਰ ਕੀਤਾ ਵੈੜ ਨੇ, ਇਹ ਜਿਹੜੀ ਵੈੜ ਹੈ ਜਨਾਬ ਇਹਨੇ ਵੀ ਪਹਿਲਾ ਵਾਰਾ ਡਿਲੀਵਰ ਕਰਨਾ, 8 ਤੋਂ 10 ਦਿਨ ਜਾਂ ਕੋਈ 5 ਦਿਨ ਲੈ ਜਾਏਗੀ ਇਨਸ਼ਾਅੱਲਾ ਤਾਲਾ। ਬਾਕੀ ਵੈੜ ਦਾ ਕਿਆ ਹੀ ਕਹਿਣਾ, ਕੱਦ ਕਾਠ ਬੜਾ ਸੋਹਣੀ ਵੈੜ ਹੈ। ਹੁਣ ਮਾਲਕ ਨਾਲ ਕਰਨੇ ਇਹਨਾਂ ਦੀਆਂ ਰੇਟ ਦੀਆਂ ਗੱਲਾਂ ਕੀ ਆਪਣਾ ਇਸ ਵੈੜ ਦਾ। ਕੈਮਰਾਮੈਨ ਸਾਹਿਬ ਆਓ ਜੀ, ਅੱਛਾ ਤੇ ਠੀਕ ਹੋ ਗਿਆ। ਕੀ ਇਹਦੀ ਡਿਮਾਂਡ ਸ਼ਮਾਂਡ ਕਰਦੇ ਜੇ ਭਾਈ ਜਾਨ? ਡਿਮਾਂਡ ਹੈ ਜੀ 5 ਲੱਖ ਰੁਪਈਆ ਜੀ। 5 ਲੱਖ ਰੁਪਈਆ, ਵੇਖੋ ਜੀ ਮੰਗਣ ਨੂੰ ਤੁਸੀਂ 6 ਲੱਖ ਮੰਗੀ ਆ, ਠੀਕ ਹੈ ਤੁਹਾਡਾ ਹੱਕ ਬਣਦਾ। ਇੱਕ ਪਿਆਰ ਮੁਹੱਬਤ ਨਾਲ ਅਸੀਂ ਵੀ ਜਿਹੜਾ ਨਾ ਔਨਲਾਈਨ ਹੀ ਵਹਾਉਣਾ ਹੁੰਦਾ, ਕਿਸੇ ਮੇਰੇ ਭਰਾ ਦੇ ਪਸੰਦ ਆ ਜਾਵੇ ਜੀ ਜੀ, ਤੁਹਾਡਾ ਹੀ ਨੰਬਰ ਦੇਣਾ, ਤੁਹਾਡੇ ਨਾਲ ਰਾਬਤਾ ਕਰ ਲੈਣਗੇ, ਕੋਈ ਸੋਹਣੀਆਂ ਜਿਹੀਆਂ ਰੇਟ ਦੀਆਂ ਗੱਲਾਂ ਕਰੋ, ਠੀਕ ਹੈ ਕਿ ਨਹੀਂ? ਅਤੇ ਇਹ ਮੇਲਾ ਜਿਹੜਾ 2-4 ਦਿਨ ਲੱਗਿਆ ਰਹਿਣਾ, ਜਿਹਦੇ ਨਸੀਬਾਂ 'ਚ ਉਹਨੇ ਲੈ ਜਾਣਾ, ਠੀਕ ਹੈ? ਮਾਸ਼ਾਅੱਲਾ ਜਿਹੜਾ ਖੜੇਗਾ ਯਾਦ ਹੀ ਕਰੇਗਾ, ਯਾਦ ਹੀ ਕਰੇਗਾ। ਹਾਂਜੀ ਅੱਛਾ, ਅਤੇ 5 ਲੱਖ ਮੁੱਲ ਤਾਂ ਕਰ ਲਿਆ, ਆਪਾਂ ਲੈਣੇ ਕਿੰਨੇ ਨੇ ਵੇਖੋ, ਤਾਂ ਵਪਾਰੀਆਂ ਵਾਲਾ ਨਹੀਂ ਗੱਲ ਕਰਨਾ, ਠੀਕ ਹੈ? ਜਿਹੜਾ ਵਪਾਰੀਆਂ ਵਾਲਾ ਮੁੱਲ ਨਹੀਂ ਤਾਂ ਯਾਰ 10,000 ਹੋਰ ਘਟਾ ਦੇ। ਨਹੀਂ 10,000 ਨਹੀਂ, ਜਿੱਥੇ ਐਨ ਬਿਲਕੁਲ ਲਕੀਰ ਮਾਰ ਦੇਣੀ, ਜਿੰਨੀ ਵੀ ਆਪਾਂ ਦੇਣੀ ਨਾ ਉੱਨੀ ਤੁਸੀਂ ਯਾਰ ਲਾਈ ਜਾਂਦੇ ਹੋਣਗੇ, ਕੋਈ ਸਾਡਾ ਵੀ ਮੁੱਲ ਪਾ, ਅਸੀਂ ਹੁਣ ਤੇਰੇ ਕੋਲ ਆਏ ਖੜੋਤੇ ਹਾਂ, ਹੋਲੇ ਜਿਹਾ ਆਵਾਜ਼ ਦੇ ਦੇ, ਕੋਈ ਨਹੀਂ ਰੌਲਾ, ਵਪਾਰੀਆਂ ਨਾਲ ਜਿਵੇਂ ਮਰਜ਼ੀ ਗੱਲਾਂ ਖੋਲੀ ਜਾਇਆ ਕਰ, ਸਾਡੇ ਨਾਲ ਸਿੱਧੀ ਗੱਲ ਕਰ, ਕੀ ਹੋ ਜਾ ਬਾਬਾ 80 ਨਹੀਂ ਦੇ ਦੇ ਯਾਰ, ਇੱਦਾਂ ਹੁਣ ਘੱਟ ਕੀ ਗੱਲਾਂ ਕਰਨੀਆਂ, ਵੈੜ ਵਾਲ ਵੀ ਤਾਂ ਵੇਖ ਲੈ, ਵੈੜ ਤੇਰੀ ਚੰਗੀ ਹੈ, ਠੀਕ ਹੈ ਕਿ ਨਹੀਂ? ਇੱਧਰ ਮੇਰੀ ਤਾਂ ਗੱਲ ਸੁਣ। ਹਾਂਜੀ ਆਪਣਾ 4,80,000 ਦੀ 4,80,000 ਯਾਰ ਫਾਈਨਲ ਜਿਹੜੀ ਨਾ, ਜਿੱਥੇ ਆਪਾਂ ਦੇ ਦੇਣੀ ਹੈ, ਮੈਂ ਗੱਲਾਂ ਉਹਦੀਆਂ ਕਰਨਾ, ਜਿੰਨੇ ਜੀ ਤੂੰ 100 ਵੀ ਨਹੀਂ ਛੱਡਣਾ ਉਹ ਆਵਾਜ਼ ਕੱਢ ਦੇ। ਉਂਝ ਕੋਈ ਪਿਆ ਜਿਵੇਂ ਮਰਜ਼ੀ, ਇੱਥੇ ਮੁੱਲ ਸਵੇਰ ਤੇ ਮੰਡੀ 'ਚ ਖਲੋਤੇ ਆ, ਕਰਾਈ ਜਾਏ 4.5 ਘੱਟ ਨਹੀਂ ਦੇਣੀ, 24 ਲੀਟਰ ਦੁੱਧ ਦੇਣਾ ਪੱਕਾ, ਮੂੰਹੋਂ ਵੀ ਦੋਂਦੀ ਹੈ। ਆ ਸ਼ੇਰਾ ਖੈਰ ਹੋ ਗਈ, ਗੱਲਾਂ ਸੋਹਣੀਆਂ ਕੀਤੀਆਂ ਨੀ, ਗੱਲ ਤਾਂ ਹੋ ਗਈ ਨਾ, ਹੁਣ ਜਿਵੇਂ ਮਰਜ਼ੀ ਤੋਰੀ ਜਾ, ਗੱਲਾਂ ਲੰਮੀਆਂ ਜਾਣੀਆਂ ਸਨ। ਅੱਛਾ ਜੀ 5 ਲੱਖ ਰੁਪਈਆ ਮੁੱਲ ਜੇ, 4.5 ਲੱਖ ਫਾਈਨਲ ਹੈ, ਅੱਗੇ ਨੰਬਰ ਇਹਦਾ ਦਿਆਂਗੇ, ਇਹਦੇ ਨਾਲ ਤੁਸੀਂ ਰਾਬਤਾ ਕਰਨਾ, ਸਾਡਾ ਕੰਮ ਹੁੰਦਾ ਜਾਨਵਰ ਵਹਾਉਣਾ। ਹੁਣ ਤੁਹਾਨੂੰ ਜਨਾਬ ਦੂਸਰੇ ਨੰਬਰ ਵਾਲੀ ਵੈੜ ਵਹਾਉਂਦੇ, ਆ ਜਾਓ ਜੀ ਇਹਦੇ ਨਾਲ ਹੀ ਖੜੇ ਹੋ ਜਾਓ। ਮਾਸ਼ਾਅੱਲਾ ਕੈਮਰਾਮੈਨ ਸਾਹਿਬ ਤੁਹਾਨੂੰ ਵਹਾ ਦਿੰਦਾ ਪੂਰਾ 5-5 ਇੰਚ ਜਿਹੜਾ ਨਾ ਲਿਬਾਸ ਪੱਟਾਂ ਤੋਂ ਵੀ ਬਾਹਰ ਕੱਢਿਆ ਮੇਰਾ ਕੈਮਰਾਮੈਨ ਸਾਹਿਬ, ਤੁਹਾਨੂੰ ਤਸੱਲੀਆਂ ਕਰਾਈ ਜਾਂਦਾ, ਆਰਡਰ ਕੁਆਲਿਟੀ ਬੜੀ ਹੈ ਕੈਮਰਾਮੈਨ ਸਾਹਿਬ, ਘੁੰਮ ਕੇ ਵਹਾਓ ਪਿੱਛੋਂ ਦੀ, ਕਿਆ ਹੀ ਕਹਿੰਦੇ ਨੇ ਵੈੜ ਦੇ, ਸੁਭਾਨ ਅੱਲਾ। ਠੀਕ ਹੈ ਜਿਹੜਾ ਮੇਰਾ ਭਰਾ ਲੈ ਗਿਆ, ਮੇਰਾ ਭਰਾ ਕਹਿੰਦਾ ਤਾਰਕ ਅੱਲਾ ਦੇ ਹੁਕਮ ਨਾਲ ਯਾਦ ਹੀ ਕਰੇਗਾ,
ਬਾਕੀ ਇਨਸ਼ਾਅੱਲਾ ਤਾਲਾ ਵੈਟ 'ਚ ਵੀ ਕੋਈ ਕਮੀ ਨਹੀਂ ਹੈਗੀ, ਸਿਰਫ ਇੰਨਾ ਹੈ ਵੀ ਛੋਟਾ ਛੋਟਾ ਸਿੰਘ ਹੈਗਾ ਸਿਰ 'ਤੇ ਹੈ, ਉਹ ਵੀ ਸੋਹਣਾ ਲੱਗਦਾ ਜੀ, ਪੂਰਾ ਸੋਹਣਾ ਲੱਗਦਾ। ਚਲੋ ਜੀ ਸੋਹਣਾ ਲੱਗਦਾ, ਠੀਕ ਹੈ ਨਾ, ਸਹੀ ਹੋ ਗਿਆ। ਅੱਛਾ ਜੀ ਹੁਣ ਮਾਸ਼ਾਅੱਲਾ ਮੇਰਾ ਵੀ ਮੱਥੇ 'ਤੇ ਆਉਂਦੀ, ਇੱਧਰ ਵੇਖ ਲਓ ਜਨਾਬ ਕੈਮਰਾਮੈਨ ਸਭ ਆਈ ਜਾਂਦਾ, ਹਾਈਟ ਬੜੀ ਹੈ। ਬਾਕੀ ਹੁਣ ਮਾਲਕ ਨੇ ਇਹਦੀ ਡਿਮਾਂਡ ਕਰਨੇ ਪਰ ਮਾਲਕ ਨੇ ਕਰਨੇ। ਅੱਛਾ ਜੀ ਇਹ ਦੂਸਰੇ ਨੰਬਰ ਤੇ ਬੈਠ ਹੈ, ਭਾਈ ਕੋਲ ਹੀ ਪੁੱਛਾਂਗੇ। ਅੱਛਾ ਭਾਈ ਜਾਨ ਇਹਨੇ ਕੀ ਸੂਈ ਕਿ ਸੂਣ ਵਾਲੀ ਕੀ? ਇਹ ਸੂਣ ਵਾਲੀ ਹੈ ਜੀ, 3-4 ਦਿਨ ਕੱਢਦੀ ਹੈ ਜੀ। ਅੱਛਾ ਇਹਦੇ ਥਣਾ ਛਣਾ ਦੀ ਹਰ ਚੀਜ਼ ਦੀ ਗਰੰਟੀ ਹੋਏਗੀ? ਹਰ ਸ਼ਾਇਦ ਦੀ ਜ਼ਿੰਮੇਵਾਰੀ ਸਾਡੀ ਹੋਏਗੀ ਜੀ। ਅੱਛਾ ਤੇ ਜਨਾਬ ਮਾਸ਼ਾਅੱਲਾ ਤੁਹਾਡੀ ਵੈਟ ਸੋਹਣੀ, ਇਹਦਾ ਕੀ ਆਪਾਂ ਡਿਮਾਂਡ ਮੂਡ ਕਰਦੇ ਹਾਂ? 4,30,000 ਰੁਪਈਆ ਜੀ। 4,30,000 ਰੁਪਈਆ ਜੀ। ਅੱਛਾ ਯਾਰ ਗੱਲ ਪਤਾ ਕੀ, ਕੈਮਰੇ ਥੋੜ੍ਹਾ ਇਨਫਰਮ ਕਰੋ, ਹੈ ਆਪਾਂ ਗੱਲਾਂ ਨਹੀਂ ਕਰਨੀਆਂ, ਠੀਕ ਹੈ ਨਾ? ਜਿਵੇਂ ਉਹਦਾ ਮੁੱਲ ਕੀਤਾ ਜੀ ਉਸੇ ਹਿਸਾਬ ਨਾਲ ਇਸ ਵੈਟ ਦਾ ਵੀ ਕੋਈ ਸੁਥਰਾ ਜਿਹਾ ਮੁੱਲ ਜਿੰਨੇ ਵੀ ਆਪਾਂ ਦੇ। ਦੇਖੋ ਜੀ ਜੇ ਮੁੱਲਾਂ ਵਾਲੇ ਪਾਸੇ ਆਈਏ ਜਿਹੜੀ ਇੱਥੇ ਹੋਣੀ ਹੈ ਲੀਕ ਤੇ ਗੱਲ ਹੋਣੀ ਹੈ, 4,00,000 ਰੁਪਈਏ ਦੀ ਵੈਟ ਦੇ ਦਿਓ। 4,00,000 ਦੀ ਜੀ? 4,00,000 ਰੁਪਈਏ ਦੀ ਕੋਈ ਮੁਹੱਬਤ ਪਾ ਕੇ ਨਾ, ਜਿਵੇਂ ਉਹਦੀ ਸੋਹਣੀ ਜੀ ਗੱਲ ਕੀਤੀ ਵੀ ਜਿਹੜੀ ਲਕੀਰ ਮਾਰ ਦੇਣੀ ਜਦੋਂ ਘੱਟ ਨਹੀਂ ਦੇਣੀ, ਉਹ ਹੀ ਦੱਸੋ ਠੀਕ ਹੈ ਨਾ, ਦੋਵਾਂ ਦਾ ਬੋਲਦਿਆ ਜੇ ਵੀ ਇਹਦੇ ਤੋਂ ਮੈਂ ਘੱਟ ਨਹੀਂ ਦੇਣੀ ਆ, ਉਹ ਤਾਂ ਤੁਸੀਂ ਕਹਿਣਾ 4,50 ਤੋਂ ਘੱਟ ਨਹੀਂ ਦੇਣੀ। ਅੱਛਾ ਤੇ ਇਹ ਕਿੰਨੇ ਦੀ ਫਾਈਨਲ, ਕਿੰਨੇ ਦੀ? ਇਹ ਫਾਈਨਲ ਜੇ ਕਿਸੇ ਨੂੰ ਚੰਗੀ ਲੱਗੇ, ਜ਼ਿੰਮੇਵਾਰੀ ਸਾਰੀ ਸਾਡੀ ਹੋਏਗੀ, ਮੂੰਹ 'ਚ ਦੁੰਦੀ ਹੋਏਗੀ। ਹਾਂਜੀ 3,90,000 ਦਾ ਫਾਈਨਲ ਹੋਏਗਾ ਜੀ। ਯਾਰ 3,90,000 ਦੇ ਵਿੱਚ ਵੀ ਥੋੜ੍ਹੀ ਨਹੀਂ ਜੀ, ਮੁਹੱਬਤ ਵਾਲੀ ਇਹਦੇ ਵਿੱਚ ਫੁੱਲ ਮੁਹੱਬਤ ਹੋ ਗਈ। ਉਹ ਭੋਨੀ ਇਹਦੇ ਸਿਰ ਦੇ ਸਿੰਘ ਭਾਜੀ ਉਹਦਾ 4,50,000 ਉਹਦੇ ਨਾਲ ਦੁੱਧ ਇਹ ਬਹੁਤਾ ਦੇਗੀ ਜੀ, ਨਸਲ ਇਹ ਬਹੁਤੀ ਚੰਗੀ ਉਹਦੇ ਨਾਲੋਂ ਜੀ। ਅੱਛਾ ਇਹ ਸਿੰਘਾਂ ਵਾਲਾ ਕੋਈ ਪੇਂਡੂ ਬੰਦੇ ਨੇ ਸਿੰਘ ਨਹੀਂ ਕਟਾਏ। ਅੱਛਾ ਠੀਕ ਹੋ ਗਿਆ। ਹਾਂਜੀ ਕੋਈ ਪਿਆਰ ਮੁਹੱਬਤ ਕਰਕੇ ਥੋੜ੍ਹੀ ਜਿਹੀ ਕਰ ਲਿਆ, ਥੋੜ੍ਹੀ ਜਿਹੀ ਕਰ ਲਿਆ, ਤੂੰ ਸਾਡੀ ਦੀਦ ਕਰ ਲੈ, ਕੋਈ ਨਹੀਂ ਰੌਲਾ, ਚਲੋ ਅਸੀਂ ਵੀ ਤੇਰੇ ਤੇ 80-100 ਵੀ ਥੱਲੇ ਨਹੀਂ ਹੋਣੀ ਜੀ ਹੁਣ। ਅੱਛਾ ਜੀ ਠੀਕ ਹੋ ਗਿਆ ਜਨਾਬ, ਭਾਈ ਹੋਰਾਂ ਦਾ ਹੁਣ ਤੁਹਾਨੂੰ ਨਾਪ ਦਾ ਨੰਬਰ ਵੀ ਦਿਆਂਗੇ, ਪਹਿੜਾ ਬਹਾਦੀਆਂ ਨੇ ਮੂੰਹ ਹੀ ਪੁੰਦੀਆਂ ਤੇ ਦੋਵੇਂ ਹੀ ਬ੍ਰਾਂਡ ਨੇ ਤੇ ਮਾਸ਼ਾਅੱਲਾ ਸੁਭਾਨ ਅੱਲਾ। ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰ ਦਿੰਦਾ, ਇਹ ਜਨਾਬ ਫਾਈਨਲ 4,50,000 ਉਹ ਜਿਹੜੀ ਬੈਠ ਹੈ ਨਾ, ਇਹ ਲੱਗ ਗਿਆ ਇੱਥੋਂ ਖੜਾ ਹੋ ਕੇ ਚੈੱਕ ਕਰਾ, ਮਾਸ਼ਾਅੱਲਾ ਇਹ ਜਿਹੜੀ ਵੈਟ ਹੈ ਜਨਾਬ, ਭਾਈ ਹੋਰੀ ਕਹਿੰਦੇ ਨੇ 3,80,000 ਦੇ ਵਿੱਚ ਇਨਸ਼ਾਅੱਲਾ ਤਾਲਾ ਫਾਈਨਲ ਹੋਏਗੀ, ਸੌਦਾ ਵੀ ਨਹੀਂ ਹੋਏਗਾ। ਤੇ ਹੁਣ ਇਹਨਾਂ ਦਾ ਰਾਬਤਾ ਨੰਬਰ ਦੱਸੋ ਵੇ, ਫੋਨ ਨੰਬਰ ਮਾਰੋ ਜੀ ਉੱਧਰ, ਪਹਿਲੇ ਪੜ ਨਪੜ ਬੰਦੇ ਆ ਗਾਵਾਂ ਹੀ ਲੱਭਦੇ ਰਹੇ ਨੰਬਰ, ਭਾਈ ਹੋਰੀ ਦੱਸਦੇ ਨੇ ਕਹਿੰਦੇ ਨੇ ਕਿ ਮੈਨੂੰ ਨਹੀਂ ਪਤਾ ਲੱਗਦਾ। ਅੱਛਾ ਦੱਸੋ ਜੀ ਆਪਦਾ ਰਾਬਤਾ ਨੰਬਰ। 0-321 ਹਾਂਜੀ 660 ਹਾਂਜੀ 68-83 0-321-660-68-83 ਇਹ ਚਾਚੀ ਹੋਰਾਂ ਦਾ ਬੇਟਾ ਹੈ, ਇਹਦਾ ਹੀ ਰਾਬਤਾ ਨੰਬਰ ਜੇ, ਇਹ ਵਪਾਰੀ ਜੇ। ਤੇ ਬਾਕੀ ਮੇਰਾ ਰਾਬਤਾ ਨੰਬਰ ਹੈਗਾ ਜੇ 0-314-4976-252 0-314-4976-252 ਇਹੀ ਵਟਸਐਪ ਨੰਬਰ ਜੇ, ਇਹੀ ਲੋਕਲ ਨੰਬਰ ਜੇ। ਇਸ ਨਾਲ ਹੀ ਉਕਾੜਾ ਐਨੀਮਲ ਟੀਵੀ ਨੂੰ ਇਜਾਜ਼ਤ ਦਿਓ, ਇਨਸ਼ਾਅੱਲਾ ਤਾਲਾ ਇੱਕ ਲਾਜਵਾਬ ਵੀਡੀਓ ਨਾਲ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼।